ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਖੇਤ ਜਾ ਕੇ ਆਪਣੇ ਮੱਥਾ ਟੇਕਣਾ ਕਿ ਕੀ ਕਰਨਾ, ਉਹ ਆ ਕੇ ਪਹਿਲਾਂ ਬਾਥਰੂਮ ਕਰਦੇ ਨੇ। ਅੱਛਾ, ਮੱਥਾ ਟੇਕ ਦੇਣਗੇ ਬਾਥਰੂਮ ਕਰਦੇ ਨੇ ਆ ਕੇ। ਹਾਂ, ਉਹਨਾਂ ਦੇ ਆਪਾਂ ਕਮੈਂਟ ਉਹਨੇ ਆਪਾਂ ਪ੍ਰਵਾਹ ਹੀ ਨਹੀਂ ਕਰਨੀ ਹੈਗੀ। ਹਾਂਜੀ ਕਿਸਾਨ ਵੀਰੋ, ਸਤਿ ਸ਼੍ਰੀ ਅਕਾਲ, ਮੈਂ ਸਾਹਿਬ ਸਿੰਘ ਵਿਰਕ, ਸਵਾਗਤ ਹੈ ਐਸ ਪੀ ਮੀਡੀਆ ਪੰਜਾਬ 'ਤੇ। ਆਪਣੇ ਨਾਲ ਇੱਕ ਵਾਰ ਫਿਰ ਅੱਜ ਹਾਜ਼ਰ ਨੇ ਅਗਾਂਹ ਵਧੂ ਕਿਸਾਨ ਸੁੱਖਾ ਥੂਹੀ ਵਾਲਾ, ਅਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਕਣਕ ਦੀ ਛੱਟਾ ਮਾਰ ਕੇ ਬਿਜਾਈ ਕੀਤੀ ਗਈ ਹੈ, ਕਿਹੜੀ ਕਿਹੜੀ ਤਰੀਕਾਂ ਦੇ ਵਿੱਚ ਇਹਨਾਂ ਨੇ ਬਿਜਾਈ ਕਰੀ ਹੈ, ਕੀ ਇਹਦੇ ਵਿੱਚ ਫਾਇਦੇ ਨੇ, ਕੀ ਇਹਨੂੰ ਕਿਸਾਨ ਨੇ, ਆਪਾਂ ਸੁੱਖੇ ਨਾਲ ਗੱਲ ਕਰਾਂਗੇ। ਅਤੇ ਸੰਤੋਖ ਸਿੰਘ, ਜਿਹੜੀ ਇਹ ਛੱਟਾ ਮਾਰ ਕੇ ਬਿਜਾਈ ਕੀਤੀ ਗਈ ਹੈ, ਇਹਦੇ ਵਿੱਚ ਮੁੱਖ ਤੌਰ 'ਤੇ ਤੁਹਾਨੂੰ ਕੀ ਕੁਝ ਸੁਣਨਾ ਪੈ ਰਿਹਾ ਜੀ? ਸ਼ੁਰੂ ਦੇ ਵਿੱਚ ਪਹਿਲਾ ਸਵਾਲ ਹੀ ਮੇਰਾ ਥੋੜ੍ਹਾ ਜਿਹਾ ਲੋਕਾਂ ਵੱਲ ਆਪਾਂ ਲੈ ਆਉਂਦੇ ਹਾਂ, ਜਿਹੜੇ ਲੋਕ ਕਿਸਾਨ ਵੀਰ ਨੇ ਜਿਹੜੇ ਬੀਜਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਕਿਵੇਂ ਦੇ ਤਜਰਬੇ ਨੇ, ਉਹ ਤੁਹਾਡੇ ਮੂੰਹੋਂ ਸੁਣਨੇ ਚਾਹੁੰਦੇ ਆ ਵੀ ਕਿਸ ਤਰ੍ਹਾਂ ਦਾ ਸੁਣਨ ਨੂੰ ਮਿਲ ਰਿਹਾ। ਦੇਖੋ, ਸੁਣਨ ਤਾਂ ਬਹੁਤ ਕੁਛ ਪੈ ਰਿਹਾ, ਪਰ ਉਹਨਾਂ ਦਾ ਮੈਂ ਕਦੇ ਹਨਾ ਗੁੱਸਾ ਨਹੀਂ ਕਰਿਆ ਤੇ ਉਹ ਰਜਾਈ 'ਚ ਬਹਿ ਕੇ ਕਮੈਂਟ ਕਰਦੇ ਨੇ ਉਹ ਬੰਦੇ, ਠੀਕ ਹੈ, ਜਿਹੜੀ ਗੱਲ ਮੈਂ ਕਹਿ ਸਕਦਾ, ਕਿਉਂਕਿ ਉਹ ਬਾਹਰ ਨੇ ਨਿਕਲੇ ਖੇਤਾਂ ਤੱਕ ਤੋਂ ਜਾਂਦੀ ਨੇ ਕਿ ਉੱਥੇ ਹੀ ਬੈਠ ਕੇ ਵੀਰ ਜੀ ਤੁਸੀਂ ਆਏ, ਵੀਰ ਜੀ ਤੁਸੀਂ ਆਏ, ਹਨਾ ਇਹ ਚੀਜ਼ ਨੀ। ਜਦੋਂ ਬੰਦਾ ਦੇਖੋ ਇੱਕ ਖੇਤ ਤੱਕ ਗਿਆ ਹੁੰਦਾ ਤਾਂ ਪਰ ਉਹ ਜੀ ਗੱਲ ਕਰਦਾ, ਯਾਰ ਕਿ ਕਿਸਾਨਾਂ ਦਾ ਮਤਲਬ ਕਿ ਘੱਟ ਹੋ, ਜਿਹੜੇ ਮਤਲਬ ਕਿ ਨਵੇਂ ਜੇ ਮੁੰਡੇ ਨੇ ਉਹ ਜ਼ਿਆਦਾ ਕਮੈਂਟ ਕਰਦੇ ਨੇ, ਕਿਉਂਕਿ ਖੇਤ ਤੱਕ ਚਾਹ ਪਰਾਉਣ ਤੱਕ ਨਹੀਂ ਗਏ ਹੈਗੇ ਜੀ, ਤੇ ਆਹ ਚੀਜ਼ ਹੈ। ਤੇ ਇਸ ਦੇ ਨਾਲ ਨਾਲ ਜਿਹੜਾ ਹੁਣ ਆਪਾਂ ਗੱਲ ਕਰੀਏ ਬਿਜਾਈ ਦੀ, ਤੁਸੀਂ ਕਿਹੜੀ ਕਿਹੜੀ ਤਰੀਕ ਦੇ ਵਿੱਚ ਛੱਟਾ ਮਾਰ ਕੇ ਬਿਜਾਈ ਕੀਤੀ ਹੈ ਇਹ ਸੀਜ਼ਨ 2022 ਚ? ਦੇਖੋ ਜੀ, ਆਪਾਂ ਨੇ 9 ਨਵੰਬਰ ਨੂੰ ਖਰਚਾ ਕਿੰਨਾ ਹੈ? ਇੱਕ ਤਾਂ ਆਪਣੇ ਦੇਖੋ ਜੀ, 9 ਨਵੰਬਰ ਨੂੰ ਬੀਜੀ ਆ, ਜਿੱਥੋਂ ਪਾਣੀ ਲੱਗ ਗਿਆ ਉਦੋਂ ਸ਼ੁਰੂ ਹੋ ਗਿਆ, ਜੇ ਸਿੱਟਾ ਤੁਸੀਂ 2 ਦਿਨ ਪਹਿਲਾਂ ਮਾਰ ਦੋ, ਠੀਕ ਹੈ। ਇੱਕ 13 ਨਵੰਬਰ ਨੂੰ ਜੀ, 13 ਨਵੰਬਰ ਨੂੰ ਬੀਜੀ ਆ, ਇੱਕ 17 ਨਵੰਬਰ ਨੂੰ ਅੱਜ ਫੇਰ ਬੀਜ ਰਿਹਾ ਜੀ ਮੈਂ, ਕਿਸਾਨ ਵੀਰ ਨੇ ਇਹ ਵੀ ਦੱਸਦਾ ਵੀ ਕਈ ਵਾਰ ਅਲਗ ਨਾ ਵੀ ਲੇਟ ਹੋ ਗਿਆ ਆਪਾਂ, ਤੇ 17 ਨਵੰਬਰ ਨੂੰ ਅੱਜ ਫੇਰ ਬੀਜ ਰਿਹਾ ਜੀ, ਸਵੇਰੇ ਪਾਣੀ ਲਾਵਾਂਗੇ, ਮੰਨ ਕੇ 18 ਨਵੰਬਰ ਨੂੰ ਸ਼ੁਰੂ ਹੋ ਗਈ ਹੈ, ਠੀਕ ਹੈ। ਯਾਨੀ ਮੰਨ ਲਈਏ ਵੀ ਜਦੋਂ ਪਾਣੀ ਲੱਗਦਾ ਅਸਲ 'ਚ ਖੇਤ ਨੂੰ, ਉਦੋਂ ਆਪਾਂ ਉਹ ਤਰੀਕ ਗਿਣਾਂਗੇ। ਜੇ ਮੰਨ ਲਓ ਤੁਸੀਂ 19 ਤਰੀਕ ਨੂੰ ਜੇ ਪਾਣੀ ਲਾਉਂਦੇ ਹੋ ਤਾਂ ਉਸ ਦਿਨ ਹੈ ਛੱਟਾ, ਚਾਹੇ ਤੁਸੀਂ 10 ਦਿਨ ਪਹਿਲਾਂ ਲਾ ਦਿਓ, 10 ਦਿਨ ਪਹਿਲਾਂ ਲਾ ਦਿਓ, ਠੀਕ ਹੈ, 19 ਨੂੰ ਮੰਨ ਲਓ। ਤੇ ਇਸ ਦੇ ਵਿੱਚ ਜਿਹੜੀ ਖਰਚਾ ਹੈ ਉਹ ਕਿੰਨਾ ਹੈ? ਖਰਚਾ ਤਾਂ ਦੇਖੋ, ਮੈਂ ਤਾਂ ਕਹਿੰਦਾ ਨੀ ਵੀ ਖਰਚਾ ਆਇਆ, ਪਰ ਜਿਹੜੇ ਮੇਰੇ ਕਿਸਾਨ ਭਰਾ ਨੇ, ਚਲੋ ਉਹਨਾਂ ਨੂੰ ਵੀ ਹਜੇ ਨਹੀਂ ਪਤਾ, ਹਿਸਾਬ ਕਿਤਾਬ ਨਹੀਂ ਕਈਆਂ ਨੂੰ ਲਾਉਣਾ ਆਉਂਦਾ ਜੀ, ਤਾਂ ਮੈਂ ਹਰੇਕ ਚੀਜ਼ ਦੀ ਮਤਲਬ ਕੈਲਕੂਲੇਸ਼ਨ ਕਰਕੇ ਮੈਂ ਫੇਰ ਦੱਸ ਦਿੰਦਾ ਜੀ। ਹੁਣ ਤੁਸੀਂ ਐਂ ਦੇਖੋ ਜੀ, ਖਰਚੇ ਤੁਸੀਂ ਵੱਢ ਰਹੇ ਹੋ, ਇਹ ਤੁਸੀਂ ਐਂ ਦੱਸੋ ਵੀ ਪਹਿਲਾਂ ਜਿਹੜੇ ਤੁਸੀਂ ਪਹਿਲਾਂ ਬਿਠਾ ਖਰਚਿਆਂ ਤੋਂ ਅੱਗ ਲਾ ਕੇ ਬੀਜ ਦਿਓ, ਚਲ ਵੀ ਤਾਂ ਖਰਚੇ ਵੱਢਦੇ ਹੋ, ਇਹ ਤੁਸੀਂ ਖਰਚੇ 'ਚ ਮਤਲਬ ਕਿ ਖਰਚੇ 'ਚ ਨਹੀਂ ਗਿਣੇ, ਇਕੱਠਾ ਬਣਾਉਣਾ ਤਾਂ ਵੀ ਖਰਚੇ ਵੱਢੇ ਜਾਣਗੇ ਜੀ, ਠੀਕ ਹੈ। ਤੇ ਜੇ ਸੁਪਰ ਸੀਡਰ ਨਾਲ ਮਤਲਬ ਬੀਜ ਦਿਓ ਜਾਂ ਤਾਂ ਵੀ ਮਤਲਬ ਕਿ ਖਰਚੇ, ਇਹਦੇ ਵਿੱਚ ਖਰਚਾ ਕੋਈ ਨਹੀਂ ਗਾ। ਸੁਪਰ ਸੀਡਰ ਨਾਲ ਹੈਰੋਂ ਵੀ ਫੇਰਨੀ ਪੈਂਦੀ, ਇੱਕ ਹੈਰੋਂ ਵੀ ਫੇਰਨੀ ਪੈਂਦੀ, ਠੀਕ ਹੈ। ਕਈ ਕਿਸਾਨ ਮਤਲਬ ਕਿ ਹੈਰੋਂ ਵੀ ਫੇਰ ਦਿੰਦੇ ਮਤਲਬ ਕਿ ਹਨਾ ਵਾਹਣ ਵਧੀਆ ਤਿਆਰ ਕਰਕੇ, ਤੇ ਪਰ ਇਹ ਬੱਚਤ ਦੀ ਗੱਲ ਹੋ ਗਈ, ਮੰਨ ਲਿਆ ਵੀ ਰੀਪਰ ਵਾਲਾ ਵੀ ਖਰਚਾ ਕੱਢਣਾ ਹੀ ਪਊਗਾ ਵਿੱਚੋਂ, ਤੇ ਜਿਹੜਾ ਛੱਟਾ ਮਾਰਨ ਵਾਲਾ ਉਹ ਵੀ ਕਿਸਾਨ ਖੁਦ ਮਾਰ ਲਵੇ ਜਿਹੜੇ ਕਿਸਾਨ ਨੇ, ਉਹ ਤਾਂ ਆਪਣੇ ਫਾਇਦੇ ਵਾਸਤੇ ਮਤਲਬ ਕਿ ਤੁਸੀਂ ਕਹਿ ਰਹੇ ਹੋ ਵੀ ਸਾਰਾ ਕੁਝ ਮੁਫਤ ਚੱਲ ਜਾਊਗਾ ਕੰਮ ਛੱਟਾ ਮਾਰ ਕੇ, ਮੁਫਤ ਜੀ, ਮੁਫਤ ਜੀ। ਤੇ ਸੰਤੋਖ ਸਿੰਘ, ਬਾਅਦ ਚ ਲੋਕ ਇਹ ਵੀ ਨਾ ਕਹਿਣ ਵੀ ਭਰਾਵਾ 20 ਕਿੱਲਿਆਂ ਚ ਫਿਰ ਇੱਕ ਟਰਾਲੀ ਉਹ ਭਰੂ? ਦੇਖੋ ਇਹ ਤਾਂ ਨਹੀਂ ਹੋ ਸਕਦਾ ਜੀ, ਕਿਉਂਕਿ ਪਹਿਲਾਂ ਮੈਨੂੰ ਵੀ ਕਹਿੰਦੇ ਨੇ ਮਤਲਬ ਡਰੰਮ ਸੀਡਰਾਂ ਕਰਕੇ, ਤੁਸੀਂ ਦੇਖੋ ਮੇਰੀਆਂ ਬੀਜਣ ਤੋਂ ਲੈ ਕੇ ਵੱਢਣ ਤੱਕ ਦੀ ਵੀਡੀਓ ਪਈਆਂ ਨੇ, ਲੋਕਾਂ ਤੋਂ ਵੱਧ ਮੇਰਾ ਝਾੜ ਵਧਿਆ ਜੀ, ਘਟਿਆ ਨਹੀਂ ਹੈ ਝਾੜ ਮੇਰਾ, ਤੇ ਅਗਲੇ ਸਾਲ ਮੈਂ ਫਿਰ ਬੀਜਣੀ ਹੈ। ਦੇਖੋ ਜੇ ਤਾਂ ਬੰਦਾ ਇੱਕ ਸਾਲ ਕਰਕੇ ਵੀ ਦੂਜੇ ਸਾਲ ਨਾ ਬੀਜੇ, ਠੀਕ ਹੈ, ਇਹ ਤਾਂ ਹੁੰਦਾ ਵੀ ਯਾਰ ਹਨਾ ਪਿਛਲੇ ਵਾਰ ਤਜਰਬਾ ਥੋੜਾ ਫੇਲ ਹੋ ਗਿਆ ਵੀ ਇਹ ਉਹ ਚੀਜ਼ ਆ, ਇਹ ਦੇਖੋ ਕਾਮਯਾਬ ਇਹ ਅਸਲ ਪਤਾ ਕੀ, ਜੇਕਰ ਖੇਤੀਬਾੜੀ ਮਹਿਕਮੇ ਵਾਲੇ ਜਾਂ ਕਈ ਹੋਰ ਕਿਸਾਨ ਨੇ ਉਹ ਇਹਨੂੰ ਕਾਮਯਾਬ ਨਹੀਂ ਹੋਣ ਦਿੰਦੇ ਸਿਸਟਮ ਨੂੰ, ਠੀਕ ਹੈ, ਤਾਨੇ ਮਾਰ ਮਾਰ ਕੇ ਦੇਖੋ ਅੱਧੇ ਤਾਂ ਮਤਲਬ ਕਿ ਮਾਰ ਦਿੰਦੇ, ਗੁਆਂਢੀ ਗੁਆਂਢੀ ਸਾਰੇ ਕਿਸੇ ਪੱਲਾ ਦੀ, ਇਹਨੂੰ ਮਤਲਬ ਕਿ ਤਜਰਬਾ ਹੌਲੀ ਹੌਲੀ ਬੰਦਾ ਥੋੜੇ ਤੋਂ ਮਤਲਬ ਕਿ ਬਹੁਤਾ ਹੁੰਦਾ ਜੀ ਹਨਾ, ਨਜ਼ਾਰੇ ਬੰਦਾ ਅੱਗੇ ਵੱਧਦਾ ਜੀ, ਤੁਸੀਂ ਜੇ ਤਜਰਬਾ ਹੀ ਨਹੀਂ ਕਰੋਗੇ ਕਿਸੇ ਚੀਜ਼ ਦਾ ਉਹਦਾ ਮਤਲਬ ਕਿ ਰਿਜ਼ਲਟ ਤੁਸੀਂ ਪਹਿਲੀ ਦੇ ਦਿੰਦੇ ਹੋ ਜੀ, ਹਜੇ ਕੰਮ ਕਰੇ ਨੇ ਆਪਣਾ ਰਿਜ਼ਲਟ ਪਹਿਲੀ ਦਿੱਤਾ ਤੁਹਾਨੂੰ ਮਤਲਬ ਵੀ ਆਹ ਚੀਜ਼ ਆਈ ਜੀ, ਇਹ ਤੁਸੀਂ ਇਹ ਨਾ ਸਮਝੋ ਵੀ ਮੈਂ ਅੱਜ ਇਹ ਨਵੀਂ ਤਕਨੀਕ ਕਰ ਰਿਹਾ ਮੈਂ ਜੀ, ਇਹਦੇ ਉੱਪਰ ਮੈਂ ਸਰਚ ਕਰ ਰਿਹਾ, ਹੋ ਸਕਦਾ ਮੈਂ ਇੱਕ ਕੈਰੀ ਬੀਜੀ ਹੋਵੇ, ਹੋ ਸਕਦਾ ਮੈਂ 2 ਕੈਰੀ ਬੀਜੀ, ਹੋ ਸਕਦਾ ਮੈਂ 11 ਬੀਜਿਆ ਹੋਵੇ, ਪਰ ਲੈ ਕੇ ਮੈਂ ਲੋਕਾਂ ਵਿੱਚ ਅੱਜ ਆਇਆ ਜੀ, ਮੈਨੂੰ ਜਦੋਂ ਮਤਲਬ ਕਿ ਲੋਕਾਂ ਵਿੱਚ ਆਉਂਦੀ ਗੱਲ ਉਦੋਂ ਨਵੀਂ ਲੱਗਦੀ ਆ, ਤਜਰਬੇ ਤਾਂ ਕਾਫੀ ਪੁਰਾਣੇ ਹੁੰਦੇ ਨੇ ਬੰਦੇ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਇਹਦੇ ਵਿੱਚ ਖਰਚਿਆਂ ਦੀ, ਜਦੋਂ ਇਹਦੀ ਬਿਜਾਈ ਹੋ ਗਈ ਪਾਣੀ ਇਹਨੂੰ ਕਿੰਨੇ ਕੁ ਲੱਗਣਗੇ, ਯੂਰੀਆ DAP ਬਿਜਾਈ ਵੇਲੇ ਉਹ ਤੁਸੀਂ ਕਿੰਨਾ ਕੁ ਪਾਇਆ? ਦੇਖੋ ਜੀ, ਹੁਣ DAP ਅੱਗੇ ਮੈਂ ਇੱਕ ਆਪਣੇ ਕੱਟਾ ਪਾਉਂਦਾ ਹੁੰਦਾ ਸੀ ਜੀ, ਹਾਂ, ਇਸ ਵਾਰ ਮੈਂ ਅੱਧਾ ਜਾਂ ਪੌਣਾ ਕੱਟਾ ਮੰਗੋ ਪਾ ਰਿਹਾ ਜੀ ਮੈਂ ਜੀ। ਅੱਛਾ,
ਤੇ 35 ਕਿਲੋ ਬੀ ਪਾ ਰਿਹਾ ਜੀ ਥੋੜਾ ਜਿਹਾ ਤੋਰੇ ਮਤਲਬ ਕਿ 45 ਕਿਲੋ ਬੀ ਪੈ ਗਿਆ ਜ਼ਿਆਦਾ ਪੈ ਗਿਆ ਹੁਣ ਜ਼ਿਆਦਾ ਜਰਮੀਨੇਸ਼ਨ ਹੋ ਰਿਹਾ ਇਹਦਾ ਤੇ ਮੈਨੂੰ ਐਂ ਲੱਗਦਾ ਵੀ ਹੁਣ ਅਗਲੇ ਵਾਲੇ ਖੱਤੇ 'ਚ ਘਟਾਉਂਦੇ ਜਾਵਾਂਗੇ ਥੋੜਾ ਥੋੜਾ ਵੀ ਮੈਨੂੰ ਲੱਗਦਾ ਵੀ 30 ਕਿਲੋ ਵੀ ਬਹੁਤ ਆ ਜੀ ਇਹਨੂੰ ਠੀਕ ਹੈ ਜਿੱਥੇ ਮਤਲਬ ਕਿ ਪਾਣੀ ਥੋੜਾ ਘੱਟ ਖੜਦਾ ਹੋਵੇ ਜਿੱਥੇ ਦਾ ਪਾਣੀ ਤੁਹਾਨੂੰ ਲੱਗਦਾ ਵੀ ਅੱਛਾ ਪਰਾਲੀ ਥੋੜੀ ਜਿਹੀ ਹੋਣੀ ਚਾਹੀਦੀ ਇਹਦੇ ਵਿੱਚ ਅੱਛਾ ਨਹੀਂ ਪਰ ਜਾਨਵਰ ਚੁੱਕ ਕੇ ਲੈ ਜਾਣਗੇ ਇਹਨੂੰ ਸਾਰਾ ਜੀ ਸਾਰਾ ਢਕਿਆ ਹੋਣਾ ਚਾਹੀਦਾ ਵੀ ਜਿੱਥੇ ਪਰਾਲੀ ਜ਼ਿਆਦੇ ਆ ਉੱਥੋਂ ਥੋੜੀ ਸਿੰਗਲ ਕਰਨੀ ਜਿਹੜੇ ਬੰਦੇ ਬੰਦੇ ਲਾ ਕੇ ਥੋੜੇ ਆਪ ਜਾਂ ਕਿਸੇ ਰੀਪਰ ਨਾਲ ਹੋਣਾ ਮਾੜੇ ਉਸ ਨਾਲ ਕੰਡਿਆ ਲਓ ਤੇ ਵੀ ਪਰਾਲੀ ਉਹਦੇ ਉੱਪਰ ਹੋਣੀ ਚਾਹੀਦੀ ਬੀਜ ਦੇ ਉੱਪਰ ਠੀਕ ਹੈ ਫੇਰ ਕਿਤੇ ਜਾ ਕੇ ਉਹ ਮਤਲਬ ਕਿ ਜਰਮੀਨੇਸ਼ਨ ਤਾਂ ਉਹਦਾ ਹੋਊਗਾ ਨਹੀਂ ਮਤਲਬ ਕਿ ਜਰਮੀਨੇਸ਼ਨ ਹੁੰਦਾ ਟੈਂਪਰੇਚਰ ਮਿਲੂਗਾ ਤੇ ਗੁੱਲੀ ਡੰਡੇ ਦਾ ਸੰਤੋਖ ਕੀ ਬਣਦਾ ਇਹਦੇ ਚ ਦੇਖੋ ਮੈਨੂੰ ਤਾਂ ਲੱਗਦਾ ਨਹੀਂ ਇਹਦੇ ਵਿੱਚ ਗੁੱਲੀ ਡੰਡੇ ਕੋਈ ਸਪਰੇਅ ਕਰਨੀ ਪਊਗੀ ਉਹ ਵੀ ਅੱਜ ਖਰਚਾ ਬਚ ਗਿਆ ਬੀਜ ਦਾ ਖਰਚਾ ਬਚ ਗਿਆ ਜੀ ਖਾਦ ਦਾ ਖਰਚਾ ਬਚ ਗਿਆ ਗਾਹਾਂ ਯੂਰੀਆ ਵੀ ਘਟੂਗਾ ਜੀ ਇਹਦਾ ਠੀਕ ਹੈ ਜਿਉਂ ਜਿਉਂ ਨੂੰ ਪਾਣੀ ਲੱਗੀ ਜਾਊ ਪਰਾਲੀ ਬੋਦੀ ਹੋ ਜਾਊਗੀ ਇਹ ਠੀਕ ਹੈ ਹੁਣ ਜਿਹੜੀ ਆਪਾਂ ਵਿੱਚ ਪਰਾਲੀ ਵਾਧਨੇ ਆ ਉਹਦੇ ਨਾਲ ਸੁੰਡੀ ਪੈਦਾ ਹੋ ਜਾਂਦੀ ਹੈ ਜੀ ਅੱਛਾ ਹੁਣ ਇਹਦੇ ਨਾਲ ਸੁੰਡੀ ਕੋਈ ਪੈਦਾ ਨਹੀਂ ਕਿ ਉੱਪਰ ਪਈ ਹੈ ਠੀਕ ਹੈ ਜਦੋਂ ਇਹ ਗਿੱਲੀ ਹੋਊਗੀ ਫਿਰ ਸੁੰਡੀ ਬਣੂਗੀ ਨਾ ਉਹਦੇ ਵਿੱਚ ਸੁੰਡੀ ਨਹੀਂ ਬਣਦੀ ਹੈਗੀ ਤੇ ਸੁੰਡੀ ਸੰਤੋਖ ਸਿੰਘ ਵੈਸੇ ਵੀ ਜਿਹੜੇ ਮਾਹਿਰ ਕਹਿੰਦੇ ਨੇ ਜਾਂ ਕਿਸਾਨ ਵੀਰ ਨੇ ਜਿਹੜੇ ਕਾਫੀ ਤਜਰਬੇ ਕਰਦੇ ਨੇ ਜਿਹੜੇ ਗੱਲ ਨੂੰ ਖਿਲਾਰਨ ਦੀ ਬਜਾਏ ਵਧਾਉਣ ਦੀ ਬਜਾਏ ਸਮਝਦੇ ਨੇ ਗੱਲ ਨੂੰ ਉਹਨਾਂ ਦਾ ਇਹ ਵੀ ਕਹਿਣਾ ਕਹਿੰਦੇ ਜਿਹੜੀ ਵਧੇਰੇ ਟੈਂਪਰੇਚਰ 'ਚ ਅਕਤੂਬਰ 'ਚ ਜਿਹੜੀ 20-22 ਅਕਤੂਬਰ ਦੇ ਨੇੜੇ ਜਾਂ 25 ਦੇ ਬੀਜੀ ਗਈ ਹੈ ਵਧੇਰੇ ਗਰਮੀ 'ਚ ਉੱਥੇ ਸੁੰਡੀ ਪੈਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ ਕਿਉਂਕਿ ਝੋਨੇ ਵਾਲੀ ਸੁੰਡੀ ਉਦੋਂ ਅਜੇ ਤਾਜ਼ਾ ਹੀ ਹੁੰਦੀ ਹੈ ਜਿਹੜੀ ਉਹਦਾ ਫੈਲਾਅ ਹੁੰਦਾ ਜ਼ਿਆਦਾ ਨਹੀਂ ਹੋਰ ਜੀ ਵੀਰ ਜੀ ਤੁਹਾਨੂੰ ਮੈਂ ਦੱਸਦਾ ਜਿਹੜੀ ਆਪਣੇ ਹੈਪੀ ਸੀਡਰ ਨਾਲ ਬੀਜਦੇ ਆਪਾਂ ਜੀ ਉਹਦੇ ਉੱਪਰ ਖਰਚਾ ਪੂਰਾ ਖੜਿਆ ਹੁੰਦਾ ਜੀ ਉਹ ਜਿਵੇਂ ਆਹ ਕਹਿੰਦੇ ਭਾਜੀ ਖਰਚਾ ਜੇ ਪੂਰਾ ਖੜਿਆ ਹੋਇਆ ਇਹਦੇ ਵਿੱਚ ਸੁੰਡੀ ਰਹਿੰਦੀ ਰਹਿੰਦੀ ਹਰੇ ਪਣ ਨੂੰ ਖਾਊਗੀ ਸੁੱਕੇ ਨੂੰ ਸੁੰਡੀ ਕਦੇ ਵੀ ਨਹੀਂ ਖਾਂਦੀ ਹੈਗੀ ਜਿਹੜਾ ਤੁਸੀਂ ਇਹ ਕਰਕੇ ਵੱਢ ਦਿੰਦੇ ਹੋ ਤੇ ਸਾਰਾ ਸੁੱਕ ਜਾਂਦਾ ਜੀ ਪਰਾਲੀ ਬਣ ਗਈ ਪਰਾਲੀ ਬਣ ਗਈ ਪਰਾਲੀ ਨੂੰ ਸੁੰਡੀ ਨਹੀਂ ਖਾਂਦੀ ਜੀ ਠੀਕ ਹੈ ਜਦੋਂ ਇਹ ਗਿੱਲੀ ਹੋਊਗੀ ਆਣ ਪੂਰੀ ਭਿੱਜੂਗੀ ਗੜੂਗੀ ਫਿਰ ਕਿਤੇ ਜਾ ਕੇ ਸੁੰਡੀ ਦੇ ਇੱਕ ਬਣੂਗੀ ਤੇ ਇਹ ਸੰਤੋਖ ਸਿੰਘ ਇਸ ਤੋਂ ਇਲਾਵਾ ਜਿਹੜੇ ਪਾਣੀ ਜਿਵੇਂ ਨੇ ਉਹ ਤੁਸੀਂ ਕਹਿ ਰਹੇ ਵੀ 2-3 ਪਾਣੀ ਲੱਗਦੇ ਨੇ ਇਹਨੂੰ ਦੇਖੋ ਇੱਕ ਤਾਂ ਸਟਾਰਟਿੰਗ 'ਚ ਪਾਣੀ ਲੱਗਿਆ ਜੀ ਉਹਦੇ ਬਾਅਦ ਤੁਸੀਂ 50 ਜਾਂ 45 ਦਿਨਾਂ ਬਾਅਦ ਪਾਣੀ ਲਾਓ ਜੀ ਮੌਸਮ ਨੂੰ ਦੇਖ ਕੇ ਜੀ ਠੀਕ ਹੈ ਕਿਉਂਕਿ ਇਹਨੂੰ ਧਰਤੀ ਨੂੰ ਹਵਾ ਨਹੀਂ ਲੱਗਦੀ ਹੈਗੀ ਪਹਿਲੇ ਵੀ ਤਾਂ ਸਿੱਲਰ ਰਹਿੰਦੀ ਹੈ ਕੁਛ ਤਰੇਲ ਪੈਂਦੀ ਹੈ ਪਰਾਲੀ ਦੇ ਉੱਪਰ ਠੀਕ ਹੈ ਇੱਕ ਨਾਲ ਦੇਖੋ ਬਾਰਿਸ਼ ਆਉਂਦੀ ਵੀ 2-3 ਪਾਣੀ ਨਾਲ ਮਿਲ ਕੇ ਕਣਕ ਇਹ ਪੱਕ ਜਾਂਦੀ ਹੈ ਦੂਜੀ ਨਾਲ ਵੀ ਭੜਕਦੀ ਨਹੀਂ ਹੈਗੀ ਨਾ ਗਿਰੇ ਕਣਕ ਇਹਦੇ ਵਿੱਚ ਜਿਹੜਾ ਕਿਸਾਨ ਹੈ ਜਿਹਨੇ ਮੰਨ ਲਓ ਛੱਟਾ ਮਾਰ ਕੇ ਬੀਜਣੀ ਇਹ ਇਹਨੂੰ ਬੀਜਣ ਵੇਲੇ ਜਿਵੇਂ ਆਮ 150-200 ਰੁਪਏ ਦੀ ਤੁਸੀਂ ਗੱਲ ਕਰ ਰਹੇ ਹੋ ਖਰਚੇ ਦੀ ਇਹ ਵੀ ਸੁਣਿਆ ਕਹਿੰਦੇ ਵੀ ਜਿਹੜਾ ਬੰਦਾ ਛੱਟਾ ਮਾਰ ਕੇ ਬੀਜਦਾ ਹੈ ਉਹਨੂੰ ਤਾਂ ਉਲਟਾ ਉਹ ਖੇਤ ਜਿਹੜਾ ਬੀਜਣ ਤੋਂ ਪਹਿਲਾਂ ਹੀ 1,000 ਰੁਪਇਆ ਬਚਤ ਕਰ ਦਿੰਦਾ ਬਿਲਕੁਲ ਜੀ ਦੇਖੋ ਤੁਸੀਂ ਲਾ ਲਓ ਵੀ 45 ਕਿਲੋ ਕਣਕ ਪਾਉਣੀ ਇੱਕ ਪਾਸੇ 35 ਕਿਲੋ ਪਾਉਣਾ 10 ਕਿਲੋ ਕਣਕ ਬਚ ਗਈ ਲਗਭਗ 40 ਰੁਪਏ ਦਾ ਰੇਟ ਆ ਜੀ ਕਿਲੋ ਦਾ ਆਪਣਾ ਜੀ 400 ਰੁਪਏ ਤਾਂ ਉਹ ਬਚ ਗਿਆ ਜੀ 600 ਰੁਪਏ DAP ਦਾ ਬਚ ਗਿਆ ਜੀ 1,000 ਰੁਪਏ ਤਾਂ ਜੇ ਬਚਤ ਹੋਗੀ ਫਿਰ ਗੁੱਲੀ ਡੰਡੇ ਦੀ ਸਪਰੇਅ ਮਤਲਬ ਕਿ ਉਹ ਤੁਹਾਨੂੰ ਬਚਤ ਹੋਗੀ ਅੱਛਾ ਫਿਰ ਤੁਹਾਨੂੰ ਹੋਰ ਵੀ ਦੱਸਦਾ ਜਿੱਥੇ ਸ਼ਹਿਰ ਦੇ ਲਵੇ ਖੇਤ ਨੇ ਜੀ ਇਹ ਉੱਥੇ ਡੰਗਰਾਂ ਦੀ ਵੀ ਸਮੱਸਿਆ ਬਚ ਗਈ ਤੁਹਾਨੂੰ ਜੀ ਪਰਾਲੀ ਨੂੰ ਦੇਖ ਕੇ ਕੋਈ ਡੰਗਰ ਨਹੀਂ ਆਉਂਦਾ ਹੈਗਾ ਅੱਛਾ ਨਹੀਂ ਮਤਲਬ ਕਿ ਦੇਖੋ ਡੰਗਰ ਮਤਲਬ ਕਿ ਖਾਂਦੇ ਨੇ ਨਾ ਮਤਲਬ ਕਿ ਜਿਵੇਂ ਬੀੜ ਆ ਕੇ ਲਵੇ ਜਾਂ ਸ਼ਹਿਰ ਆ ਗਿਆ ਤਾਂ ਉੱਥੇ ਡੰਗਰ ਦੂਰੋਂ ਦੇਖ ਕੇ ਵੀ ਪਰਾਲੀ ਆ ਤਾਂ ਉੱਥੇ ਮਤਲਬ ਕਿ ਖੇਤ ਵੀ ਉਹ ਵੀ ਮਤਲਬ ਕਿ ਵੱਡੀ ਠੀਕ ਹੈ ਬਚਤ ਆਈ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਇਹ ਹੋ ਗਈ ਗੱਲ ਖਰਚਿਆਂ ਦੀ ਤਾਂ ਤੁਸੀਂ ਕਹਿ ਰਹੇ ਵੀ ਸ਼ੁਰੂ ਦੇ ਵਿੱਚ ਹੀ ਬਚਤ ਹੋਣ ਲੱਗ ਜਾਂਦੀ ਵਧੀਆ ਤੇ ਜਿਹੜਾ ਇਹ ਖੇਤਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਇਹ ਵੇਖ ਰਹੇ ਹਾਂਗੇ ਇੱਥੇ ਪਰਾਲੀ ਕਾਫੀ ਜ਼ਿਆਦਾ ਮੋਟੀ ਤਹਿ ਜਿਹੜੀ ਇਹ ਲੱਗੀ ਹੋਈ ਹੈ ਕਿਸਾਨ ਜਿਹੜੇ ਨੇ ਝੋਨਾ ਕਿਹੜੀ ਸਟੇਜ ਤੇ ਹੋਵੇ ਜਦੋਂ ਆਖਰੀ ਪਾਣੀ ਬੰਦ ਕਰ ਦੇਣ ਦੇਖੋ ਜੀ ਘੱਟੋ ਘੱਟ 20-25 ਦਿਨ ਪਹਿਲਾਂ ਪਾਣੀ ਬੰਦ ਕਰਨਾ ਚਾਹੀਦਾ ਕਿਸਾਨਾਂ ਨੂੰ ਠੀਕ ਹੈ ਫਿਰ ਦੇਖੋ ਕਪੈਨ ਜਾਂ ਟਰਾਲੀ ਉਹ ਗੜਨਗੀਆਂ ਫਿਰ ਜਦੋਂ ਆਪਾਂ ਪਾਣੀ ਦਵਾਂਗੇ ਉਹਨਾਂ ਦੇ ਵਿੱਚ ਖੜੂਗਾ ਗੁੱਡੀਆਂ ਦੇ ਵਿੱਚ ਜੇ ਪਾਣੀ ਖੜ ਗਿਆ ਤਾਂ ਉੱਥੇ ਮਤਲਬ ਕਿ ਜੰਮਣੀ ਨਹੀਂ ਜੀ ਮਤਲਬ ਕਿ ਜਿਵੇਂ ਥੋੜਾ ਜ਼ਿਆਦਾ ਗਿੱਲਾ ਵਾਹਣ ਵੱਢਦੀ ਆਪਾਂ ਤੋਇਆ ਜਾਊਗਾ ਜੀ ਪਾਣੀ ਨਹੀਂ ਖਾਣਾ ਜੀ ਉਹਨੇ ਪਾਣੀ ਜਿਵੇਂ ਲਗਭਗ ਤੁਸੀਂ 25 ਦਿਨ ਪਹਿਲਾਂ ਪਾਣੀ ਮਤਲਬ ਕਿ ਦਿੱਤਾ ਜਾਵੇ ਅੱਛਾ ਹੋਰ ਤੁਹਾਨੂੰ ਮੈਂ ਦੱਸਦਾ ਇਹ 6 ਮਹੀਨੇ ਪਹਿਲਾਂ ਪਲੈਨਿੰਗ ਬਣਾਓ ਜੀ ਇਹਦੀ ਬੀਜਣ ਦੀ ਅੱਛਾ ਤਾਂ ਜੀਰੀ ਵਿੱਚ ਹੀ ਵੱਟਾਂ ਪਾ ਦਿਓ ਇਹਦੀਆਂ ਅੱਛਾ ਵੀ ਤੁਹਾਨੂੰ ਮਤਲਬ ਕਿ ਅੱਗੇ ਵੱਟਾਂ ਪਾਉਣ ਦੀ ਵੀ ਲੋੜ ਨਾ ਪਵੇ ਮਤਲਬ ਕਿ ਠੀਕ ਹੈ ਠੀਕ ਹੈ 6 ਮਹੀਨੇ ਪਹਿਲਾਂ ਪਲੈਨ ਬਣਾ ਲਓ ਦੇਖੋ 6 ਮਹੀਨੇ ਹੁਣ ਹਰੇਕ ਬੰਦਾ ਦੇਖੋ ਜੀ ਇੱਕ ਜ਼ਿਮੀਂਦਾਰ ਆ ਉਹ ਤੁਰਤ ਸੋਚਦਾ ਨਹੀਂ ਜਿਹੜਾ ਵੀ ਕੋਈ ਵੀ ਮਤਲਬ ਕਿ ਬਿਜ਼ਨਸਮੈਨ ਬੰਦਾ ਉਹ ਸਾਲ 6 ਮਹੀਨੇ ਪਹਿਲਾਂ ਪ੍ਰੋਜੈਕਟ ਬਣਾਉਂਦਾ ਜੀ ਇੱਕ ਜ਼ਿਮੀਂਦਾਰ ਆ ਤੁਰਤ ਦੇਖਦਾ ਵੀ ਹੁਣ ਪਾ ਦਈਏ ਰੇਹ ਦੇ ਵਿੱਚ ਜਾਂ ਯੂਰੀਆ ਪਾ ਦਈਏ ਕਿਹੜੀ ਕਣਕ ਬੀਜੀਏ ਬਾਈ ਇੱਕ ਦੂਜੇ ਗਵਾਂਢੇ ਨੂੰ ਪੁੱਛਦਾ ਫਿਰ ਜਾਂਦਾ ਦੇਖੋ ਬਹੁਤ ਸਮੱਸਿਆ ਮੈਂ ਦੇਖਿਆ ਆਉਂਦੀਆਂ ਨੇ ਇਹ ਤੇ ਜਿਹੜੇ ਹੋਰ ਬਿਜ਼ਨਸਮੈਨ ਬੰਦੇ ਨੇ ਉਹ ਪਹਿਲਾਂ 2 ਸਾਲ ਪਹਿਲਾਂ ਪ੍ਰੋਜੈਕਟ ਬਣਾ ਲੈਂਦੇ ਨੇ ਜੀ ਇਹ ਚੀਜ਼ ਹੈ ਤੇ ਜਿਹੜੇ ਛੋਟੇ ਕਿਸਾਨ ਨੇ ਜਿਵੇਂ ਵੱਡਿਆਂ ਕੋਲ ਤਾਂ ਅੱਜ ਵੀ ਟਰੈਕਟਰ ਬਹੁਤ ਨੇ ਉਦੋਂ ਵੀ ਵੱਡੇ ਲਈ ਜਾਂਦੇ ਨੇ ਚਲੋ ਉਹਨਾਂ ਦੀ ਆਪਣੀ ਮਰਜ਼ੀ ਹੈ ਜਾਂ ਕਹਿ ਲਈਏ ਉਹਨਾਂ ਦੇ ਸ਼ੌਂਕ ਪਹਿਲਾਂ ਨੇ ਕਿਉਂਕਿ ਪੈਸੇ ਵਾਲਾ ਬੰਦਾ ਹੈ ਜ਼ਿਆਦਾ ਛੋਟੀ ਕਿਸਾਨੀ ਹੈ ਪੰਜਾਬ 'ਚ 85% ਕਿਸਾਨ ਉਹ ਨੇ ਜਿਨ੍ਹਾਂ ਦੀ 2 ਹੈਕਟੇਅਰ ਤੋਂ ਜ਼ਮੀਨ ਘੱਟ ਹੈ ਭਾਵ 5 ਕਿੱਲਿਆਂ ਤੋਂ ਥੱਲੇ ਨੇ ਤੇ 2 ਕਨਾਲਾਂ ਤੋਂ ਜ਼ਮੀਨ
ਜਿਹੜਾ ਛੋਟਾ ਜ਼ਿਮੀਦਾਰ ਆ ਜਾਂ 2 ਜਾਂ 3 ਏਕੜ ਵਾਲਾ ਜਾਂ ਹਨਾ ਉਹ ਛੋਟੀ ਆ ਗਿਆ 5 ਤੋਂ ਹੇਠਾਂ ਮਤਲਬ ਛੋਟੀ ਕਿਸਾਨ ਆ ਗਿਆ ਉਹ ਕਿ ਉਹਨੂੰ ਦੇਖੋ ਜੀ ਉਹਨੂੰ ਇੱਕ ਤਾਂ ਬਈਏ ਲੇਟ ਮਿਲਣਗੇ ਜਦੋਂ ਆਪਾਂ ਜੀਰੀ ਲਵਾਉਣੇ ਜੀ ਆੜਤੀ ਪੈਸੇ ਉਹਨੂੰ ਲੇਟ ਦਊਗਾ ਮਸ਼ੀਨ ਵਾਲਾ ਉਹਦੇ ਲੇਟ ਜਾਊਗਾ ਜੀ ਟਰੈਕਟਰ ਬਜਾਈ ਵਾਲਾ ਉਹਦੇ ਲੇਟ ਜਾਊਗਾ ਉਹਦੇ ਵੀ ਸਾਰੀ ਚੀਜ਼ ਉਹਨੂੰ ਲਾਸਟ ਤੇ ਮਿਲੂਗਾ ਪਹਿਲਾਂ ਬੰਦਾ ਬੜੇ ਬੜੇ ਕਰਾਂਗੇ ਨੀ ਭੱਜਦਾ ਮਤਲਬ ਕਿ ਵੀ ਇਹਦੇ 10 ਕਿੱਲੇ ਮੈਂ ਵੱਢੇ ਆਵਾਂ ਜਾਂ 20 ਵੱਢੇ ਆਵਾਂ ਉਹ ਛੋਟੇ ਕਿਨੇ ਮਤਲਬ ਕਿ ਮਸੀ ਆਉਂਦਾ ਲਾਸਟ ਆਉਂਦਾ ਉਹਦੇ ਕਿਨੂੰ ਜਰਾ ਉਹ ਮਗਰ ਫਿਰੀ ਜਾਂਦਾ ਨਾਲੇ ਚਾਹ ਦੀ ਲੈ ਕੇ ਬੜਾ ਚਾਹ ਵੀ ਨਹੀਂ ਪਿਲਾਉਂਦਾ ਕੋਈ ਤੇ ਉਹ ਵਿਚਾਰੇ ਚਾਹ ਵੀ ਲੈ ਕੇ ਆਉਣਗੇ ਸਾਰੇ ਖਰਚਿਆਂ ਤੋਂ ਮਤਲਬ ਕਿ ਉਹਨੂੰ ਮਨ ਜੇ ਕੰਮ ਕਰ ਲੈਣਾ ਡਰਮ ਸੀਟ ਨਾਲ ਜੀਰੀ ਬੀਜ ਲੈਣਾ ਇਹਦੇ ਨਾਲ ਇਹ ਵੀ ਉਹ ਕਿਧਰੇ ਭੱਜਣ ਦੀ ਲੋੜ ਨਹੀਂ ਉਹਨਾਂ ਦੀ ਝਾੜ ਦੀ ਮੇਰੀ ਗਾਰੰਟੀ ਮੈਂ ਤੋਂ ਲਿਖ ਕੇ ਲੈ ਲਓ ਤੇ ਸੰਦੋਖ ਸਿੰਘ ਇੱਕ ਕਿਉਂਕਿ ਰੀਪਰ ਨਾਲ ਲੋਕ ਮਲਚਰ ਫੇਰ ਦਿੰਦੇ ਨੇ ਮਲਚਰ 'ਚ ਵੀ ਕਹਿੰਦੇ ਕਾਫੀ ਜੇ ਟਾਇਟ ਵੱਜ ਜੇ ਦਾਣਾ ਵਿੱਚ ਹੀ ਘੁੰਮ ਜਾਂਦਾ ਨਾਲ ਕਣਕ ਉਹਦੇ 'ਚ ਵੀ ਥੋੜ੍ਹੀ ਮੋਟੀ ਗੁੰਜਾਇਸ ਰਹਿੰਦੀ ਹੈ ਮਤਲਬ ਰਿਸਕ ਵਾਲੀ ਤੇ ਜਿਹੜਾ ਰੀਪਰ ਹੈ ਇਹ ਜਦੋਂ ਤੁਸੀਂ ਫੇਰੇ 'ਚ ਕੀ ਧਿਆਨ ਰੱਖਦੇ ਜਦੋਂ ਰੀਪਰ ਨਾਲ ਤੁਸੀਂ ਵੱਢੇ ਨੇ ਤੁਹਾਡੀ ਅਸੀਂ ਵੀਡੀਓ ਵੀ ਨਾਲ ਚਲਾਵਾਂਗੇ ਇਸਦੇ ਠੀਕ ਹੈ ਜੀ ਦੇਖੋ ਜੀ ਜਿਹੜਾ ਤਾਂ ਮਲਚਰ ਆ ਉਹ ਹਰੇਕ ਬੰਦੇ ਲਈ ਵੈਸੇ ਨਹੀਂ ਸਟੈਟੀਆਂ ਦੇ ਵਿੱਚ ਆ ਜਾਂ ਹਨਾ ਕਿਸੇ ਲਈ ਇੱਕ ਦੂਜੇ ਨੂੰ ਨਹੀਂ ਦਿੰਦੇ ਹੈਗੇ ਸਮੱਸਿਆ ਤਾਂ ਫਿਰ ਉਹੀ ਆ ਗਈ ਮਸ਼ੀਨਰੀ ਲੈਣ ਦੀ ਛੋਟੇ ਕਿਸਾਨ ਨੂੰ ਜਿਹੜੇ ਰੀਪਰ ਨੇ ਉਹ ਅਲੱਗ ਅਲੱਗ ਲਗਭਗ ਹਰੇਕ ਘਰ ਵਿੱਚ ਨੇ ਜੀ ਮੈਂ ਕਿਹਾ ਚਾਹੇ ਛੋਟਾ ਜਾਂ ਵੱਡਾ ਹਰੇਕ ਨੇ ਰੀਪਰ ਲੈ ਰੱਖੇ ਆ ਜਾਂ ਉਹ 4-5 ਕਰਕੇ ਲੈ ਲੈਣਗੇ ਕੋਈ 15-20 ਹਜ਼ਾਰ ਦੀ ਸਾਰੀ ਗੱਲ ਆ ਜੀ ਟਰੈਕਟਰ ਵੀ ਛੋਟਾ ਖਿੱਚ ਲਓ ਉਹਨੂੰ ਐਸਾ ਟਰੈਕਟਰ ਖਿੱਚ ਲਓ ਛੋਟਾ ਜੀ ਵੱਡਾ ਲੈਣ ਦੀ ਲੋੜ ਨਹੀਂ ਹੈਗੀ ਉਹਨੂੰ 3-4 ਕਰਕੇ ਲਾ ਲਓ ਵੀ ਲੱਖ ਦਾ ਉਹ 15,000 1,00,000-1,20,000 ਦੇ ਕੰਮ ਸਾਰਾ ਚੱਲ ਜੂਗਾ ਹੁਣ ਰਹੀ ਗੱਲ ਖਰਚੇ ਦੀ ਉਸ ਨੂੰ 4 ਇੰਚ ਕਰਚਾ ਉੱਪਰ ਚੱਕ ਕੇ ਫੇਰਨਾ ਪਊਗਾ ਰੀਪਰ ਜੀ ਉਹਦੇ ਠੀਕ ਹੈ ਕਿਉਂਕਿ ਜੇ ਕਰਚੇ ਦੇ ਉੱਪਰ ਆ ਫਿਰ ਗਿਆ ਤਾਂ ਉਹਦੇ ਪ੍ਰੈਸ 7 ਬਣ ਜੂਗੀ ਮਤਲਬ ਇਹਦੀ ਠੀਕ ਠੀਕ ਹੈ 20,000 ਰੁਪਏ ਹਵਾ ਵੀ ਲੱਗਦੀ ਰਹੂਗੀ ਤੇ ਹੋ ਲੋਗ ਇਹ ਚੀਜ਼ ਆ ਵੀ ਬਾਹਲਾ ਮਗੇ ਧਰਤੀ ਨਾਲ ਨਾ ਫਿਰ 20 ਉਰਾ ਪਰਾ ਭਜਦਾ ਨਹੀਂ ਫਿਰ ਦੂਰਾ ਫੇਰਦੇ ਹੋ ਰੀਪਰ ਦੂਰਾ ਫੇਰ ਦੋ ਜੀ ਠੀਕ ਹੈ ਕੀਰਾ ਐ ਫਿਰ ਦੋ ਰੀਪਰ ਪੋਲਾ ਪੋਲਾ ਕੀਰਾ ਦੂਜੇ ਰੋਡ ਫਿਰ ਦੋ ਜਿਹੜੀ ਮਾੜੀ ਮੁੱਟੀ ਢੇਰੀ ਹੁੰਦੀ ਆ ਉਹ ਸਾਰੀ ਐ ਇੱਕ ਪੱਧਰ ਖੰਡ ਜਾਂਦੀ ਹਾਂ ਸਹੀ ਗੱਲ ਐ ਸੀ ਜੇਕਰ ਤੁਹਾਡੇ ਖਰਚੇ ਵੇਖੀਏ ਤਾਂ ਇਦਾਂ ਲੱਗਦਾ ਜਿੱਦਾਂ ਕੋਈ ਤਲਾਈ ਜਾਂ ਰਜਾਈ ਵਿਛਾਈ ਹੁੰਦੀ ਹੈ ਇਹਦੇ 'ਚ ਫਰਕ ਨਹੀਂ ਹੈਗਾ ਬਹੁਤ ਸੋਹਣੇ ਢੰਗ ਨਾਲ ਉਹ ਕਰਿਆ ਅੱਛਾ ਸੰਤੋਖ ਸਿੰਘ ਅੱਜ ਤੁਸੀਂ ਆਏ ਹੋ ਤੁਹਾਡਾ ਇੱਕ ਲਾਹਾ ਵੀ ਅਸੀਂ ਲੈਣਾ ਚਾਹਾਂਗੇ ਜਿਹੜੇ ਕਿਸਾਨ ਵੀਰਾਂ ਕੋਲ ਰੀਪਰ ਨੇ ਉਹ ਨਾ ਥੋੜ੍ਹਾ ਟਾਈਮ ਲੰਘਦਾ ਨਹੀਂ ਹੈਗਾ ਅਤੇ ਗੰਡਾਸੇ ਲਵਾਉਣ ਵਾਸਤੇ ਚਲੇ ਜਾਂਦੇ ਨੇ ਤਾਂ ਉਹ ਗੰਡਾਸੇ ਜਿਹੜੇ ਨੇ ਉਹਨਾਂ ਦਾ ਤੁਸੀਂ ਕੀ ਜੁਗਾੜ ਕਰਿਆ ਹੋਇਆ ਕਿਉਂਕਿ ਤੁਹਾਡੇ ਵਾਲੇ ਗੰਡਾਸੇ ਵੀ ਤੁਹਾਡੇ ਭਰਾ ਗੁਰਜੰਟ ਸਿੰਘ ਦੱਸ ਰਹੇ ਨੇ ਕਹਿੰਦੇ ਸਾਡੇ ਗੰਡਾਸੇ ਵੀ ਨਹੀਂ ਮੁੜਦੇ ਹੈਗੇ ਛੇਤੀ ਹਾਂਜੀ ਇਹ ਇੱਕ ਕਾਂਤ ਆਉਂਦੀ ਜੀ ਮਤਲਬ ਕਿ ਲੰਬੀ ਕਾਂਤ ਕਹਿ ਦਿੰਦੇ ਆਪਾਂ ਜੀ ਉਹਨੂੰ ਪੰਜਾਬੀ ਦੇ ਵਿੱਚ ਸਟੀਲ ਮੰਗੋ ਕਾਂਤ ਆਉਂਦੀ ਉਹ ਅੱਗੇ ਮੂੰਗਫਲੀ ਵਾਲੇ ਉਹਦੇ ਬਦਲ ਕੇ ਥਰੈਸਰਾਂ ਨੂੰ ਲੱਗਦੀ ਸੀ ਉਹ ਅੱਛਾ ਮੂੰਗਫਲੀ ਪੱਟਣ ਵਾਲਾ ਜਿਹੜੀ ਮਸ਼ੀਨ ਉਹਦਾ ਬਲੇਡ ਜਿਹੜਾ ਬਲੇਡ ਕਹਿ ਦੀ ਉਹਨੂੰ ਉਹ ਹੈਗਾ 3.5 ਫੁੱਟ ਦਾ ਆਉਂਦਾ ਜੀ ਉਹ ਅੱਛਾ ਉਹ ਤੁਸੀਂ ਅਸੀਂ ਇੱਕ ਲੈ ਕੇ ਆਉਣੇ ਆ ਜਾਂ 2 ਲਿਆਉਣੇ ਜੀ ਉਹਨਾਂ ਨੂੰ ਉਹਦੇ ਵਿੱਚੋਂ 3 ਜੋੜੀਆਂ ਬਣ ਜਾਂਦੀਆਂ ਨੇ ਉਹਦੇ ਵਿੱਚੋਂ ਜੀ ਠੀਕ ਹੈ ਬਸ ਐਂ ਲਾ ਲਓ ਤੁਸੀਂ 25-30 ਕਿੱਲੇ ਵੱਢ ਗਏ ਜਿੰਨਾ ਮਤਲਬ ਕਿ ਚੱਲੀ ਜਾਊਗਾ ਉਹਨਾਂ ਤਿੱਖਾ ਹੋ ਜਾਊਗਾ ਜੀ ਉਹ ਠੀਕ ਹੈ ਜਿਹੜੇ ਦੂਜੇ ਆਉਂਦੇ ਨੇ ਉਹ ਲੋਹੇ ਦੇ ਆਉਂਦੇ ਨੇ ਉਹ ਜ਼ਿਆਦਾ ਫੁੰਡੇ ਹੋ ਜਾਂਦੇ ਨੇ ਜੀ ਉਹ ਜੀ ਨਾ ਇਹ ਟੁੱਟੇ ਨਾ ਮਤਲਬ ਕਿ ਤਿੜੇ ਜੀ ਜੇ ਰੋੜਾ ਜੇ ਬੱਟਾ ਜੇ ਤੇ ਤਿੱਖੇ ਹੋ ਜਾਂਦੇ ਵਧੀਆ ਮਤਲਬ ਕਿ 25-30 ਕਿੱਲੇ ਵਾਂਗੂ ਵੱਢ ਦਿੰਦੇ ਨੇ ਸੰਤੋਖ ਸਿੰਘ ਜਿਵੇਂ ਤੁਸੀਂ ਆਪਣੇ ਤਜਰਬੇ ਸਾਂਝੇ ਕੀਤੇ ਨੇ ਇਸ ਜੇ ਡਰਮ ਸੀਡਰ ਨਾਲ ਝੋਨਾ ਬੀਜੀਏ ਤਾਂ ਕਿਸਾਨ ਨੂੰ ਬੜੀ ਮੋਟੀ ਬਚਤ ਹੈ ਸਾਰੇ ਖਰਚਿਆਂ ਤੋਂ ਬਚ ਜਾਂਦਾ ਛੱਟਾ ਮਾਰ ਕੇ ਕਣਕ ਬੀਜੀ ਜਾਵੇ ਤਾਂ ਇਹਦੇ 'ਚ ਕਿਸਾਨ ਦਾ ਖਰਚਾ ਨਹੀਂ ਆਉਂਦਾ ਉਲਟਾ ਬੀਜਣ ਵੇਲੇ ਜੇ ਬੀਜ ਦੀ ਬਚਤ ਹੁੰਦੀ ਹੈ ਨਾਲ ਜਿਹੜੀ ਖੁਦ ਕਿਸਾਨ ਆਪ ਛੱਟਾ ਮਾਰ ਲੈਂਦਾ ਤਾਂ ਇਸ ਦੇ ਉੱਪਰ ਬੀਜਣ 'ਤੇ ਵੀ ਖਰਚਾ ਨਹੀਂ ਆਉਂਦਾ ਛੱਟਾ ਮਾਰ ਕੇ ਕਣਕ ਨੂੰ ਬੜਾ ਵੱਡਾ ਨੇਕ ਕਾਰਜ ਤੁਸੀਂ ਕਰ ਰਹੇ ਹੋਰ ਕਿਸਾਨ ਵੀਰ ਵੀ ਕਰ ਰਹੇ ਨੇ ਤੁਹਾਨੂੰ ਪੰਜਾਬ ਸਰਕਾਰ ਖੇਤੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਖੇਤੀਬਾੜੀ ਵਿਭਾਗ ਪੰਜਾਬ ਇਹਨਾਂ ਵੱਲੋਂ ਕਿੰਨੇ ਕੁ ਵਾਰੀ ਤੁਹਾਡੇ ਖੇਤਾਂ 'ਚ ਫਿਰ ਗੇੜਾ ਮਾਰਿਆ ਜਾਂਦਾ ਹੈ ਕਿੰਨੀ ਕੁ ਤੁਹਾਨੂੰ ਇਨਾਮ ਹੁਣ ਤੱਕ ਮਿਲੇ ਨੇ ਸਰਕਾਰ ਵੱਲੋਂ ਜਾਂ ਯੂਨੀਵਰਸਿਟੀ ਵੱਲੋਂ ਦੇਖੋ ਜੀ ਸਰਕਾਰ ਹਰ ਵਾਰ ਜਦੋਂ ਭਾਸ਼ਣ ਜਾਂ ਹਨਾ ਮਹਿਕਮੇ ਵਾਲੇ ਮਤਲਬ ਕਿ ਭਾਸ਼ਣ ਦਿੰਦੇ ਨੇ ਉੱਥੇ ਵੀ ਕਿਸਾਨ ਵੀਰਾਂ ਨੂੰ ਕਹਿੰਦੇ ਵੀ ਤੁਸੀਂ ਆਹ ਕੰਮ ਕਰੋ ਆਹ ਕੰਮ ਕਰੋ ਪਰ ਮੈਂ ਉਹਨਾਂ ਨੂੰ ਇੱਕੋ ਥੋੜੀ ਗੱਲ ਕਹਿਣਾ ਚਾਹੁੰਦਾ ਜੀ ਮੈਂ ਦੇਖੋ ਕੰਮ ਚਲੋ ਜਿਵੇਂ ਸੀਐਮ ਭਗਵੰਤ ਮਾਨ ਜੀ ਚਲੋ ਠੀਕ ਕਰ ਰਹੇ ਨੇ ਹਨਾ ਤੇ ਵੀ ਇੱਕੋ ਗੱਲ ਮੈਂ ਮਹਿਕਮੇ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਤੁਸੀਂ ਯਾਰ ਦਫ਼ਤਰਾਂ ਚੋਂ ਨਿਕਲ ਕੇ ਲੋਕਾਂ ਦੇ ਗਰਾਊਂਡ ਲੈਵਲ ਤੇ ਜਾਓ ਜਿਹੜਾ ਕਿਸਾਨ ਕਰਨਾ ਚਾਹੁੰਦਾ ਤੁਸੀਂ ਉਹਨੂੰ ਤਾਂ ਪੁੱਛ ਨਹੀਂ ਰਹੇਗੇ ਹੁਣ ਮੈਨੂੰ ਤੁਸੀਂ ਦਬਾਓ ਰਿਸਕ ਚਾਹੇ ਮੈਨੂੰ 50 ਕਿੱਲਿਆਂ ਦਾ ਰਿਸਕ ਦਵਾ ਦਿਓ ਮੈਂ ਲਊਂਗਾ 20 ਕਿੱਲਿਆਂ ਤੋਂ ਬਾਅਦ ਜਿੰਨੇ ਕਹੇ ਮੈਨੂੰ ਉਹਨਾਂ ਰਿਸਕ ਮੈਂ ਲਊਂਗਾ ਮੈਨੂੰ ਕਰਾਓ ਕੀ ਕਰਾਉਣਾ ਤੁਸੀਂ ਮੈਨੂੰ ਮਤਲਬ ਆਉਂਦੇ ਨੀਗੇ ਉਹਦਾ ਚਿੜੀ ਤੇ ਕੰਮ ਵਾਲੀ ਤੁਹਾਨੂੰ ਮੈਂ ਗੱਲ ਦੱਸਦਾ ਉਹੀ ਚੀਜ਼ ਆ ਜੀ ਬਸ ਜਿਵੇਂ ਹੁਣ ਪਿਛਲੇ ਸਾਲ ਦੀ ਗੱਲ ਤੁਹਾਨੂੰ ਦੱਸਾਂ ਮੈਂ 2021 ਜੀ ਜੀਰੀ ਮੈਂ ਪਾਲ ਲਈ ਸਾਰਾ ਕੁਛ ਕਰ ਲਿਆ ਜੀ ਮੈਂ ਪਾਰਕ ਉਹ ਤੋਂ ਬਾਅਦ ਲਾਸਟ ਗੁਰਦੁਆਰਾ ਸਾਹਿਬ ਲਹਾਰ ਮਾਜਰੇ ਆ ਕੇ ਇਸਨੇ ਇਕੱਠ ਕਰਿਆ ਉੱਥੇ ਉਹਨਾਂ ਨੇ ਭਾਸ਼ਣ ਦਿੱਤਾ ਦਵਿੰਦਰ ਸਿੰਘ ਢਿੱਲੋਂ ਨੇ ਜੀ ਤੇ ਖੇਤੀਬਾੜੀ ਮਹਿਕਮੇ ਬੜੇ ਨਾਭੇ ਤੋਂ ਨੇ ਜੀ ਤੇ ਮੁੜ ਕੇ ਉਹਨਾਂ ਨੇ ਮੈਨੂੰ ਕੋਈ ਮੈਂ ਹੁਣ ਜਦ ਮੈਂ 1-2 ਵਾਰੀ ਦਫ਼ਤਰ 'ਚ ਗਿਆ ਉਹਨਾਂ ਨੇ ਮੇਰੀ ਸਿਆਣ ਵੀ ਨਹੀਂ ਕੀਤੀ ਵੀ ਸੰਤੋਖ ਸਿੰਘ ਉਹੀ ਨੇ ਸੁੱਖਾ ਸਿੰਘ ਉਹੀ ਹੈ ਤੁਸੀਂ ਵਾਲਾ ਹੈ ਅੱਛਾ ਮਤਲਬ ਕਿ ਇਹ ਸਿਆਣ ਵੀ ਨਹੀਂ ਰਹੀ ਸਿਰਫ ਮਤਲਬ ਕਿ ਉਹਨਾਂ ਨੇ ਆਪਦੀ ਫਾਰਮੈਲਿਟੀ ਪੂਰੀ ਕਰਨੀ ਉਹਨਾਂ ਨੇ ਤੇ ਤੁਹਾਨੂੰ ਸਨਮਾਨਿਤ ਕਿੰਨੀ ਵਾਰੀ ਕਰਿਆ ਰੱਬ ਰੱਬ ਕਰੋ ਜੀ ਅੱਛਾ ਕੁਛ ਵੀ ਨਹੀਂ ਜੀ
ਆ ਕੇ ਉੱਥੇ ਬਸ ਆਪਦਾ ਜੀ ਵੀਡੀਓ ਬਣਾ ਕੇ ਤੁਹਾਡੇ ਚੈਨਲ ਰਾਹੀਂ ਬਣੀ ਸੀ ਵੀਡੀਓ ਜੀ। ਹਾਂਜੀ ਹਾਂਜੀ। ਉਹ ਬਣਾ ਕੇ ਉਹਦੋਂ ਬਾਅਦ ਮੁੜ ਕੇ ਮੈਨੂੰ ਵੱਢਣ ਤੱਕ ਫੋਨ ਕਰਕੇ ਪੁੱਛਿਆ ਵੀ ਯਾਰ ਤੁਹਾਡੀ ਜੀਰੀ ਕਿਵੇਂ ਆ ਜਾਂ ਤੁਸੀਂ ਨੇ ਵੱਢ ਲਈ ਜਾਂ ਕਿਵੇਂ ਝਾੜ ਰਹੇ ਆ, ਕੋਈ ਰਿਪੋਰਟ ਹੀ ਨਹੀਂ ਜੀ। ਜੀ ਜਮੀ ਮਤਲਬ ਕਿ ਕੰਮ ਕਰਕੇ ਜਾਂ ਤਾਂ ਕੰਮ ਜਾਂ ਤਾਂ ਉਹ ਲਾ ਲਓ ਕੰਮ ਤੋਂ ਟਲਦੇ ਨੇ ਜਾਂ ਉਹ ਇਹ ਸੋਚਦੇ ਨੇ ਵੀ ਯਾਰ ਇਹ ਮਸ਼ੀਨਰੀ ਤੋਂ ਛੁਟਕਾਰਾ ਕਰ ਰਿਹਾ। ਠੀਕ ਹੈ। ਜਾਂ ਤਾਂ ਦੇਖੋ ਮੈਨੂੰ ਤਾਂ ਇਹ ਲੱਗੇ ਜਾਂਦਾ ਵੀ ਜਿਹੜੇ ਜਿਵੇਂ ਸੁਪਰ ਸੀਡਰ ਹੋ ਗਏ ਜਾਂ ਹੋਰ ਮਸ਼ੀਨਾਂ ਹੋ ਗਏ ਜਾਂ ਲੇਬਰ ਹੋ ਸਾਰਾ ਕੁਛ ਵੀ ਇਹ ਖਾਤਮਾ ਕਰ ਰਿਹਾ ਬੰਦਾ ਇਹ ਵੀ ਇਹਨੂੰ ਯਾਰ ਮਤਲਬ ਕਿ ਹੁਣਾ ਕਰੋ ਹਨਾ। ਠੀਕ ਹੈ ਵੀ ਇਹਦਾ ਸਾਥ ਨਾ ਦਿਓ। ਠੀਕ ਤੇ ਬਾਈ ਜੀ ਜਿਵੇਂ ਹੁਣ ਇਹਨਾਂ ਨੇ ਇਹ ਕੰਮ ਕਰਿਆ ਛੱਟਾ ਮਾਰ ਕੇ ਕਣਕ ਬੀਜੀ ਹਾਂਜੀ ਝੋਨਾ ਜਿਹੜਾ ਹੈ ਉਹ ਵੀ ਇਹਨਾਂ ਨੇ ਡਰਮ ਸੀਡਰ ਨਾਲ ਬੀਜਤਾ ਉਹ ਤੇ ਵੀ ਖਰਚਾ ਨਹੀਂ ਆਉਂਦਾ ਮਾਮੂਲੀ ਜਿਹਾ ਖਰਚਾ ਆਉਂਦਾ 100-150 ਰੁਪਿਆ। ਠੀਕ ਹੈ ਜੀ। ਇਹ ਕਿੰਨਾ ਕਿਵੇਂ ਦਾ ਲੱਗਿਆ ਤੁਹਾਨੂੰ ਇਹ ਕੰਮ ਇਹ ਬਿਜਾਈ ਕਿਵੇਂ ਲੱਗੀ ਹੈ? ਬਹੁਤ ਵਧੀਆ ਜੀ ਬਹੁਤ ਵਧੀਆ। ਤੇ ਇਹਨਾਂ ਨੂੰ ਨਾ ਸਿਰਫ ਪੰਜਾਬ ਸਰਕਾਰ ਨੇ ਨਾ ਖੇਤੀ ਯੂਨੀਵਰਸਿਟੀ ਨੇ ਨਾ ਖੇਤੀਬਾੜੀ ਵਿਭਾਗ ਪੰਜਾਬ ਨੇ ਕਿਸੇ ਨੇ ਸਨਮਾਨਿਤ ਨਹੀਂ ਕਰਿਆ ਨਾ ਇਹਦੇ ਖੇਤ ਗੇੜਾ ਮਾਰਨ ਆਉਂਦੇ ਨੇ ਤੁਹਾਨੂੰ ਫਿਰ ਇਹ ਠੀਕ ਲੱਗਦੀ ਗੱਲ ਸਰਕਾਰ ਦੀ? ਠੀਕ ਤਾਂ ਜੀ ਇਹ ਕਿੱਥੇ ਹੈਗੀ। ਹਾਂ ਜੇ ਹੁਣ ਇੱਕ ਕਿਸਾਨ ਖਰਚਾ ਘਟਾ ਕੇ ਹਾਂ ਫਸਲ ਪੈਦਾ ਕਰ ਰਿਹਾ ਹਾਂ ਦੇਖੋ ਸਰਕਾਰ ਦੇ ਜਿੰਨੇ ਮੁਲਾਜ਼ਮ ਨੇ ਖੇਤੀਬਾੜੀ ਮਹਿਕਮੇ ਦੇ ਉਹਨਾਂ ਨੇ ਆ ਕੇ ਇਹਨੂੰ ਹੌਸਲਾ ਤਾਂ ਕੀ ਦੇਣਾ ਵੀ ਠੀਕ ਹੈ ਭਾਈ ਹੁਣ ਆਪਣੇ ਜਿਹੜੀਆਂ ਸਰਕਾਰਾਂ ਨੇ ਜੀ ਹੈ ਨਾ ਪਰਾਲੀ ਧੂੰਏ ਤੇ ਗੱਲ ਚੱਲ ਪੈਂਦੀ ਜੀ ਹੁਣ ਇਹ ਧੂੰਏ ਵਾਲਾ ਵੀ ਸਿਸਟਮ ਖਤਮ ਹੈ ਜਿਹੜਾ ਬੰਦਾ ਇਹੋ ਜਿਹੇ ਪਰਾਲੇ ਕੋਈ ਵੀ ਕਿਸਾਨ ਕਰ ਰਿਹਾ ਚਾਹੇ ਉਹ ਛੋਟਾ ਹੈ ਚਾਹੇ ਵੱਡਾ ਹੈ ਉਹਦਾ ਹੌਸਲਾ ਵਧਾਈ ਤਾਂ ਕਰਨਾ ਜੀ ਸਰਕਾਰ ਦਾ ਫਰਜ਼ ਹੈ ਜੀ। ਲੋਕਾਂ ਨੂੰ ਤਾਂ ਐਂ ਲੱਗਦਾ ਵੇਖਣ ਵਾਲਿਆਂ ਨੂੰ ਵੀ ਸ਼ਾਇਦ ਪਤਾ ਨਹੀਂ ਇਹਨੂੰ ਕਿਤੇ 1,00,000 ਰੁਪਇਆ ਨਾਮ ਹੀ ਨਾ ਨਗਦ ਦੇਤਾ ਹੋਵੇ ਵੀ ਇੰਨੇ ਕੰਮ ਕਰਦਾ ਵੀ ਸ਼ਾਇਦ ਸਰਕਾਰ ਕਿਉਂਕਿ ਸਰਕਾਰ ਕਾਫੀ ਬਾਈ ਜੀ ਤੁਹਾਨੂੰ ਤੁਸੀਂ ਦੇਖਦੇ ਹੋ ਨਾ ਟੈਲੀਵਿਜ਼ਨ ਦੇਖਦੇ ਹੋ ਬੱਸਾਂ ਭਰੀਆਂ ਪਈਆਂ ਨੇ ਮਗਰ ਪੋਸਟਰ ਲੱਗੇ ਹੋਏ ਨੇ ਵੀ ਪਰਾਲੀ ਦਾ ਧੂੰਆਂ ਜਿਹੜਾ ਉਹਨੂੰ ਰੋਕੋ ਕਿਸਾਨ ਵੀਰੋ ਜਿਹੜਾ ਧੂੰਆਂ ਉਹ ਪਹਿਲਾਂ ਮੇਰੇ ਘਰ ਆਉਂਦਾ ਬਾਅਦ 'ਚ ਦੂਜਿਆਂ ਦੇ ਆਉਂਦਾ ਭਗਵੰਤ ਮਾਨ ਸਾਹਿਬ ਉਹਨਾਂ ਦੀ ਫੋਟੋ ਲੱਗੀ ਹੈ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁੰਦੇ ਨੇ ਉਹਨਾਂ ਦੀ ਲੱਗੀ ਹੁੰਦੀ ਸੀ ਉਦੋਂ ਪਹਿਲਾਂ ਬਾਦਲ ਸਾਹਿਬ ਦੀ ਲੱਗੀ ਹੁੰਦੀ ਸੀ ਹੁਣ ਜਿਹੜਾ ਬੰਦਾ ਬੱਚਤ ਕਰ ਰਿਹਾ ਹੋਰ ਕਿਸਾਨ ਬੜੇ ਨੇ ਪੰਜਾਬ 'ਚ ਜਿਹੜੇ ਧੂੰਆਂ ਨਹੀਂ ਆਉਣ ਦਿੰਦੇ ਪਰਾਲੀ ਨਹੀਂ ਫੂਕਦੇ ਉਹਨਾਂ ਦੇ ਆਪ ਤੁਹਾਡੇ ਸਾਹਮਣੇ ਬੈਠੇ ਨੇ ਦੇਖੋ ਮੂੰਹ ਤੇ ਕਹਿ ਰਹੇ ਨੇ ਵੀ ਕੋਈ ਨਹੀਂ ਆਉਂਦਾ ਇਹ ਸਰਕਾਰ ਦੀ ਚੰਗੀ ਗੱਲ ਹੈ? ਚੰਗੀ ਗੱਲ ਨਹੀਂ ਹੈਗੀ ਜੀ। ਹਾਂ ਦੇਖੋ ਜਿਹੜਾ ਧੂੰਏ ਦਾ ਬੱਚਤ ਸਾਰੋਂ ਬੱਚਤ ਇਹ ਫ੍ਰੀ 'ਚ ਬੱਚਤ ਹੈ ਜੀ ਇਹ। ਠੀਕ ਹੈ। ਨਾ ਤਾਂ ਇਹਦੇ ਵਿੱਚ ਆਪਣੇ ਕੋਈ ਮਸ਼ੀਨਰੀ ਲੈਣੀ ਆਪਣੇ ਵੱਡੇ ਛੋਟੇ ਕਿਸਾਨ ਲਈ ਮਸ਼ੀਨਰੀ ਹੁੰਦੀ ਨਹੀਂ ਹੈਗੀ। ਹਾਂ ਛੋਟੇ ਕਿਸਾਨਾਂ ਵਾਸਤੇ ਤਾਂ ਬਾਹਲੀ ਵਧੀਆ ਗੱਲ ਹੈ। ਹਾਂ ਸਰਕਾਰ ਨੂੰ ਹੌਸਲਾ ਬਧਾਈ ਦੇਣੀ ਚਾਹੀਦੀ ਹੈ ਵੀ ਦੇਖ ਨਾ ਤਾਂ ਕੋਈ ਮਸ਼ੀਨਰੀ ਦੀ ਲੋੜ ਹੈ ਹੁਣ ਐਡਾ ਸਬਸਿਡੀਆਂ ਦੇ ਰਹੀ ਹੈ ਲੋੜ ਕੀ ਹੈ ਸਬਸਿਡੀਆਂ ਇਹਨੂੰ ਕਾਮਯਾਬ ਕਰਦਾ ਤੁਹਾਨੂੰ ਕਾਰਨ ਕੀ ਲੱਗਦਾ ਵੀ ਸਰ ਕਿਉਂ ਨਹੀਂ ਆਉਂਦੇ ਉਰੇ? ਦੇਖੋ ਜੀ ਹੁਣ ਐਡੇ ਫਾਰਮਾਂ ਨੇ ਉਹ ਖਬਰਾਂ ਕੀ ਕੁਛ ਦਿੰਦੇ ਨੇ ਇਹਨਾਂ ਨੂੰ। ਠੀਕ ਹੈ ਜਾਨੀ ਤਾਂ ਇਹ ਲੱਗਦਾ ਜਾਨੀ ਕਹਿ ਲਈ ਉਹਨਾਂ ਨੂੰ ਇਹ ਕਿ ਮਸ਼ੀਨਰੀ ਵਿਕੇ ਵੱਧ ਤੋਂ ਵੱਧ ਮਤਲਬ ਜੋ ਆਪਾਂ ਤੋਂ ਕੀ ਮਿਲਣਾ ਉਹਨਾਂ ਨੂੰ? ਠੀਕ ਹੈ ਆਪਣਾ ਤਾਂ ਹੀ ਆ ਪਰਾਲੀ ਕਿਸਾਨਾਂ ਨੂੰ ਵੀ ਪਰਾਲੀ ਹੋਈ ਹੈ ਵੀ ਹੋਰ ਨਹੀਂ ਕੋਈ ਦੇਣਾ ਇਹਨੂੰ ਸਿੰਖ ਲਾ ਦਿੰਦੇ ਆ ਫਿਰ ਭੱਜ ਕੇ ਆਉਂਦੇ ਨੇ ਵੀ ਕਾ ਤੋਂ ਹਾਂ ਫਿਰ ਆ ਜਾਂਦੇ ਨੇ ਨਾ ਆ ਬਚਤ ਕੀਤੀ ਹੈ ਨਾ ਹਾਂ ਇਹ ਇਹਨੂੰ ਹੌਸਲਾ ਬਦਲ ਦੇਣਾ ਵੀ ਆਪ ਤਕਨੀਕ ਚੱਲ ਪਏ ਜਿਹੜਾ ਛੋਟਾ ਕਿਸਾਨ ਨੂੰ ਤਾਂ ਲੋੜ ਨਾ ਪਵੇ ਛੱਟਾ ਮਾਰਿਆ ਆਪਦਾ ਪਾਣੀ ਲਾਤਾ ਜੀ ਖਰਚੇ ਤਾਂ ਵੈਸੇ ਵੀ ਵੱਧਦੇ ਹੀ ਆ ਜੀ ਹੁਣ ਵੱਢ ਲਏ ਤੇ ਸੰਤੋਖ ਸਿੰਘ ਇੱਕ ਹੋਰ ਹੈ ਆਪਾਂ ਕਿਸਾਨੀ ਜਿਵੇਂ ਦੇ ਕਿਸਾਨ ਭਾਈਚਾਰਾ ਆਪਾਂ ਉਸ ਤਰ੍ਹਾਂ ਦਾ ਥੋੜਾ ਛੋਟਾ ਜਿਹਾ ਹਾਸਾ ਮਜ਼ਾਕ ਵੀ ਕਰ ਲੈਂਦੇ ਹਾਂ ਜੇ ਕੋਈ ਗਾਹੇ ਬਗਾਹੇ ਆਉਂਦਾ ਜਾਂਦਾ ਉਹਨੂੰ ਹਨੇਰਾ ਪੈ ਜੇ ਲੰਘਦਾ ਹੋਇਆ ਉਹ ਤਾਂ ਕਿਸਾਨ ਦੇ ਐਸੇ ਇਹੋ ਜਿਹਾ ਖੇਤ ਚ ਵੀ ਸੌਂ ਜੂਗਾ ਬਿਲਕੁਲ ਜੀ ਰਾਤ ਨੂੰ ਹੈ ਜੀ ਦੇਖੋ ਲੱਗਦਾ ਜੀ ਉਰੇ ਠੰਡ ਲੱਗ ਜੂ ਨਾ ਜੀ ਠੰਡ ਲੱਗਣ ਦਾ ਕੀ ਥੋੜੀ ਉੱਪਰ ਲੈ ਲੈ ਇਹ ਹਿਸਾਬ ਲਾ ਦੇ ਦੇਖੋ ਦੋ ਫਾਇਦੇ ਨੇ ਜੀ ਹਾਂ ਜੇ ਮਨੋਂ ਰਾਤ ਨੂੰ ਕਣਕ ਭਰਦੇ ਰਹੀ ਬਲਕਿ ਇਕੱਠੀ ਕਰਕੇ ਮਾੜੀ ਮੋੜੀ ਕਿਤੇ ਜਾ ਦੇ ਉੱਥੇ ਧੂੰਏ ਵੀ ਕਰਕੇ ਆਪਦੇ ਸੇਕ ਵੀ ਸਕਦੇ ਰਾਤ ਨੂੰ ਅੱਛਾ ਇਹ ਵੀ ਦੇਖੋ ਫਾਇਦਾ ਹੈਗਾ ਇਹਦੇ ਵਿੱਚ ਵੀ ਫਾਇਦੇ 'ਚ ਲੱਗ ਜੂਗੇ ਠੀਕ ਹੈ ਵੀ ਚਾਨਣਾ ਕਰ ਸਕਦਾ ਧੂੰਆਂ ਕਰ ਸਕਦਾ ਹਨਾ ਹਾਂ ਤੇ ਵੀ ਆਪਣੇ ਅੱਗ ਲਾ ਕੇ ਸੇਕ ਕੇ ਰਾਤ ਨੂੰ ਕਿਉਂ ਠੰਡੋ ਬਹੁਤ ਹੁੰਦੀ ਹੈ ਜੇ ਕਣਕ ਭਰਦੇ ਨੇ ਬੰਦੇ ਹਾਂ ਤੇ ਉਹ ਥੋੜੀ ਵੇ ਇਕੱਠੀ ਕਰਕੇ ਮੋਟੀ ਮੋਟੀ ਕਿਤੋਂ ਵੀ ਕਿਉਂ ਕਣਕ ਤਾਂ ਨਿਕਲੇ ਹੀ ਹੋਣਾ ਠੀਕ ਹੈ ਤੇ ਹੁਣ ਤਾਂ ਚਲੋ ਉਹਨੂੰ ਪਰਾਲੀ ਦੀ ਲੋੜ ਨਹੀਂ ਉਹ ਆਪਦੀ ਸੇਕ ਵੀ ਸਕਦਾ ਜੀ ਠੀਕ ਹੈ ਸੋ ਦੋਸਤੋ ਇਹ ਸੀ ਕਿਸਾਨ ਵੀਰ ਸੁੱਖਾ ਤੂਹੀ ਵਾਲਾ ਤੇ ਨਾਲ ਦੇ ਇਹਨਾਂ ਦੇ ਕਿਸਾਨ ਵੀਰ ਨੇ ਜਿਹੜੇ ਇਹਨਾਂ ਦੇ ਪਿੰਡ ਤੋਂ ਨੇ ਥੂਹੀ ਤੋਂ ਨੇ ਤੇ ਇਹ ਕਿਸਾਨ ਵੀਰਾਂ ਨੇ ਵੀ ਜੋ ਵੀ ਗੱਲਬਾਤ ਸੀ ਇਹਨਾਂ ਨੇ ਸੁਣੀ ਹੈ ਖੇਤ ਨੂੰ ਵੇਖਿਆ ਤੁਸੀਂ ਵੀ ਆਪਣੀ ਰਾਏ ਕਮੈਂਟਾਂ 'ਚ ਜ਼ਰੂਰ ਦਿਓ ਤਾਂ ਕਿ ਅੱਗੇ ਵਾਸਤੇ ਕਿਸਾਨ ਵੀਰ ਜਿਹੜੀ ਆਮ ਜਨਤਾ ਹੈ ਸੁੱਖੇ ਵੀਰ ਆਮ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਨਾ ਜਦੋਂ ਕਿਤੇ ਕੋਈ ਕਿਸਾਨ ਅੱਗ ਲਾ ਆਉਂਦਾ ਲੋਕਾਂ ਦੇ ਨਾਲ ਨਾਲ ਜਿਹੜੇ ਕਾਫੀ ਅਖੌਤੀ ਵਿਗਿਆਨੀ ਅਖੌਤੀ ਕਹਾਂਗੇ ਉਹ ਬਹੁਤ ਚੰਗਾ ਮਾੜਾ ਬੋਲਦੇ ਹੁੰਦੇ ਨੇ ਤਾਂ ਹੁਣ ਉਹਨਾਂ ਨੂੰ ਨਹੀਂ ਫਰਜ਼ ਬਣਦਾ ਉਹਨਾਂ ਦਾ ਕੋਈ ਛਾਵਾਸ਼ ਦੇਣੀ ਕਿਸਾਨਾਂ ਨੂੰ ਦੇਖੋ ਹੁਣ ਜਿਹੜੇ ਜਿਵੇਂ ਦਿੱਲੀ ਦੇ ਲੈਵੇ ਕਹਿੰਦੇ ਨੇ ਜਾਂ ਹੋਰ ਆਪਣੇ ਕਈ ਕਿਸਾਨ ਕਹਿੰਦੇ ਵੀ ਯਾਰ ਧੂੰਆਂ ਹੋ ਰਿਹਾ ਜਾਂ ਆਹ ਚੀਜ਼ ਹੋ ਰਹੀ ਆ
ਹੁਣ ਯਾਰ ਮੈਨੂੰ ਤਾਂ ਐ ਲੱਗਦਾ ਵੀ ਪਿੰਡਾਂ 'ਚ ਜਾ ਕੇ ਘੱਟੋ ਘੱਟ ਕੈਂਪ ਲੈਣਾ ਚਾਹੀਦਾ, ਉਹਨੂੰ ਹੌਸਲਾ ਬਜਾਈ ਦੇਣੀ ਚਾਹੀਦੀ ਆ ਵੀ ਯਾਰ ਜਿਹਨੇ ਨਹੀਂ ਅੱਗ ਲਾਈ ਵੀ ਘੱਟੋ ਘੱਟ ਉਹਨੂੰ ਹੌਸਲਾ ਤਾਂ ਦੇ ਦਈਏ। ਹਾਂ ਲੋਕ ਹਨਾ ਲੋਕਾਂ ਦਾ ਫਰਜ਼ ਬਣਦਾ ਸ਼ਾਬਾਸ਼ ਦੇਣਾ, ਸ਼ਾਬਾਸ਼ ਦੇ ਕੇ। ਮੈਂ ਕਹਿੰਦਾ ਮੈਨੂੰ ਨਹੀਂ, ਹੋਰ ਕਈ ਪਿੰਡਾਂ 'ਚ ਨਹੀਂ ਅੱਗ ਲਾਈ, ਕਿਸੇ ਨੇ ਇਕੱਠਾ ਬਣਾਈਆਂ ਨੇ, ਕਿਸੇ ਨੇ ਮਲਚਰ ਫੇਰਿਆ, ਉਹਨੇ ਮਤਲਬ ਕਿ ਪਲਟਾ ਮਾਲ ਫੇਰਿਆ, ਉਹਨਾਂ ਨੂੰ ਜਾ ਕੇ ਘੱਟੋ ਘੱਟ ਪਿੰਡ 'ਚ ਖੜਾ ਕੇ ਇਕੱਠ ਕਰਕੇ ਵੀ ਯਾਰ ਆਹ ਕਿਸਾਨ ਨੇ ਦੇਖੋ ਇਹਨਾਂ ਨੇ ਅੱਗ ਲਾਈ, ਉਹਨੂੰ ਜਦੋਂ ਮਤਲਬ ਯਾਰ ਹਨਾ ਨੰਬਰ ਉਹਨੂੰ ਮਤਲਬ ਕਿ ਪਿੰਡ ਦੇ ਵਿੱਚ ਸਾਰੇ ਸਾਹਮਣੇ ਨੂੰ ਹਾਰ ਵਗੈਰਾ ਲੱਡੂ ਖਵਾਏ, ਹੁਣ ਮੈਂ ਕਹਿੰਦਾ ਕਿਲੋ ਲੈ ਕੇ ਅਲਗਣਾ ਯਾਰ ਬਾਕੀ ਬੰਦੇ ਨੇ ਕਦਰ ਪਈ ਆ। ਤੁਸੀਂ ਲੱਡੂਆਂ ਦੀ ਗੱਲ ਕਰਦੇ ਹੋ, ਮੈਨੂੰ ਲੱਗਦਾ ਜੇ ਇੱਕ ਕਿਸਾਨ ਨੂੰ ਲੱਡੂ ਖਵਾਤੇ ਕਿਸਾਨਾਂ ਨੇ ਤਾਂ ਅਗਲੇ ਸਰ ਪਰਾਲੀ ਜਮੀ ਨਹੀਂ ਕਿਸੇ ਨੂੰ ਹੱਥ ਵੀ ਲਾਉਣ ਦੇਣਾ ਹੈਗਾ। ਚਲੋ ਮੈਂ ਤਾਂ ਇਹ ਕਹਿੰਦਾ ਸਨਮਾਨ ਦੇਖ ਕੇ ਤਾਂ ਹਰੇਕ ਕਿਸਾਨ ਕਹਿੰਦੇ ਹੀ ਹੈ ਹਨਾ, ਜੇ ਕੋਈ ਇੱਜ਼ਤ ਦੇਵੇ ਦੇਖੋ, ਜੇ ਕੋਈ ਕਿਸੇ ਕਿਸਾਨ ਦਾ ਸਨਮਾਨ ਹੋ ਰਿਹਾ ਤਾਂ ਦੂਜੇ ਕਿਸਾਨ ਦੇ ਵੀ ਦਿਲ ਚ ਜਾਂਦੀ ਹੈ ਵੀ ਮੈਂ ਵੀ ਇਹ ਕਿਸਾਨ ਨੇ ਪਰਾਲੀ ਫੂਕੀ ਨੀ, ਇਹਦਾ ਸਨਮਾਨ ਕਰਿਆ ਵੀ ਮੈਂ ਵੀ ਗਾਂ ਨੂੰ ਇਹਦੀ ਰੀਸ ਕਰਾਂ। ਹਾਂ ਅੰਨਦਾਤਾ ਜਿਹੜੇ ਜਿਹਨੂੰ ਅੰਨਦਾਤਾ ਗੱਲਾਂ ਚ ਹੀ ਕਹਿੰਦੇ ਨੇ ਉਹਦਾ ਹੌਸਲਾ ਵਧਾਉਣਾ ਫਿਰ ਜ਼ਰੂਰੀ ਹੈ ਜੀ। ਤਾਂ ਦੇਖੋ ਸਰਕਾਰਾਂ ਹੁਣ ਧੂਏ ਤੇ ਲੈਵਲ ਤੇ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਇਹ ਸਾਰੀਆਂ ਧੂਏ ਪ੍ਰਤੀ ਉਹ ਦੇਖ ਲਓ ਤੁਸੀਂ ਜੀ ਜੀ ਵੀ ਧੂਏ ਦਾ ਤਾਂ ਮਤਲਬ ਹੀ ਨਹੀਂ, ਧੂਏ ਲੈਵਲ ਤੇ ਗੱਲ ਹੋ ਰਹੀ ਹੈ ਜੀ ਜਿਹੜੀ ਸਰਕਾਰ ਕਰ ਰਹੀ ਹੈ ਅੱਜ ਤੱਕ। ਪਰਾਲੀ ਤਾਂ ਨਹੀਂ, ਚਲੋ ਅੱਗੇ ਵੀ ਆਪਾਂ ਕਣਕਾਂ ਜੀਰੀਆਂ ਬੀਜਦੇ ਵੀ ਮੇਨ ਜਿਹੜਾ ਮਕਸਦ ਹੈ ਸਰਕਾਰ ਦਾ ਧੂਏ ਤੇ ਹੈ ਜੀ। ਹੁਣ ਧੂਏ ਦੇ ਪ੍ਰਤੀ ਆਪਾਂ ਇਹੀ ਖੇਤ 'ਚ ਬੈਠੇ ਕਣਕ ਬੀਜੀ ਹੈ ਜੀ, ਕੋਈ ਧੂੰਆਂ ਨਹੀਂ ਕੋਈ ਕੁਛ ਨਹੀਂ ਵੀ ਬਾਕੀ ਛੋਟਾ ਕਿਸਾਨ ਛੋਟੀ ਮਸ਼ੀਨਰੀ ਨਾਲ ਇਹ ਫਸਲ ਆਪਦੀ ਬੀਜ ਜੀ। ਸੋ ਉਮੀਦ ਕਰਾਂਗੇ ਜੀ ਇਹ ਜਿਹੜੀ ਗੱਲਬਾਤ ਹੈ ਸਾਰੀ ਦੇਸ਼ ਦੇ ਲੋਕਾਂ ਦੇ ਨਾਲ ਨਾਲ ਵਿਦੇਸ਼ ਦੀ ਧਰਤੀ 'ਤੇ ਵਿਦੇਸ਼ੀ ਧਰਤੀ 'ਤੇ ਬੈਠੇ ਸਾਡੇ ਪੰਜਾਬੀ ਭਾਈਚਾਰਾ ਜਾਂ ਜਿੰਨੇ ਵੀ ਭਾਰਤੀ ਲੋਕ ਨੇ ਉਹ ਵੀ ਸੁਣ ਰਹੇ ਹੋਣਗੇ ਇਸ ਗੱਲਬਾਤ ਨੂੰ, ਅਤੇ ਜਿੱਥੇ ਜ਼ਮੀਨ ਉਹ ਠੇਕੇ 'ਤੇ ਦਿੰਦੇ ਨੇ ਛੋਟੇ ਕਿਸਾਨਾਂ ਨੂੰ ਉਹਨਾਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਥੋੜ੍ਹਾ ਰੇਟ ਵੀ ਘੱਟ ਲਾ ਲੈਣ ਕਰਨ ਉਹਨਾਂ ਨੂੰ, ਅਤੇ ਨਾਲ ਨਾਲ ਪਰਾਲੀ ਦੀ ਵੀ ਸ਼ਰਤ ਰੱਖਣ ਕਿ ਭਾਈ ਵੱਧ ਤੋਂ ਵੱਧ ਬੱਚਤ ਕਰੋ, ਪਰਾਲੀ ਨੂੰ ਨਾ ਸਾੜੋ, ਇਹਨੂੰ ਕਿਸੇ ਹੋਰ ਢੰਗ ਨਾਲ ਇਸ ਦੀ ਵਰਤੋਂ ਕਰੋ, ਅਤੇ ਇਸ ਦੇ ਨਾਲ ਨਾਲ ਪ੍ਰਸ਼ਾਸਨ ਪੰਜਾਬ ਸਰਕਾਰ ਜਿਹੜੇ ਸਾਡੇ ਡੀਸੀ ਸਾਹਿਬ ਨੇ ਪਟਿਆਲਾ, ਡੀਸੀ ਸਾਹਿਬ ਸੰਗਰੂਰ ਉਹ ਵੀ ਜ਼ਰੂਰ ਇਸ ਵੀਡੀਓ ਨੂੰ ਵੇਖ ਰਹੇ ਹੋਣਗੇ, ਅਤੇ ਅਸੀਂ ਉਮੀਦ ਕਰਾਂਗੇ ਕਿ ਉਹ ਆਪਣੇ ਪੱਧਰ 'ਤੇ ਜ਼ਰੂਰ ਮਹਿਕਮੇ ਨੂੰ ਕਹਿ ਕੇ ਅਤੇ ਅੱਗੇ ਇਹਨਾਂ ਦੇ ਕੈਂਪ ਲਵਾਉਣਗੇ, ਇਸ ਤਰ੍ਹਾਂ ਦੇ ਲੋਕਾਂ ਨੂੰ ਪ੍ਰੇਰਿਤ ਕਰਨਗੇ, ਇਹੋ ਜਿਹੇ ਕੈਂਪ ਲੱਗਣ, ਲੋਕ ਖੁਦ ਆਉਣ ਕਿਸਾਨਾਂ ਦੇ ਖੇਤਾਂ 'ਚ ਗੇੜਾ ਮਾਰਨ, ਹੌਸਲਾ ਅਫਜਾਈ ਕਰਨ, ਤਾਂ ਹੀ ਇਹਦਾ ਜਾ ਕੇ ਪ੍ਰਚਾਰ ਪ੍ਰਸਾਰ ਹੋ ਸਕਦਾ। ਸੰਤੋਖ ਸਿੰਘ ਜੀ ਕੀਮਤੀ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।